ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਭਾਰਤੀ ਫੌਜ ਦਾ ਪਹਿਲਾ ਲਿਟਰੇਚਰ ਫੈਸਟੀਵਲ ਕਰਵਾਇਆ ਗਿਆ। ਕਈ ਦਿਨਾਂ ਤੱਕ ਚੱਲੇ ਇਸ ਫੈਸਟੀਵਲ ਵਿੱਚ ਭਾਰਤੀ ਫੌਜ ਦੇ ਜਿੱਥੇ ਆਪਣੇ ਕਰਤੱਬ ਦਿਖਾਏ ਉੱਥੇ ਹੀ ਸਾਬਕਾ ਫੌਜੀਆਂ ਅਤੇ ਅਧਿਕਾਰੀਆਂ ਨੇ ਕਈ ਜੰਗਾਂ ਸਮੇਤ ਭਾਰਤ ਦੀ ਆਜ਼ਾਦੀ ਸਮੇਂ ਲੜੀ ਗਈ ਲੜਾਈ ਦਾ ਜ਼ਿਕਰ ਕੀਤਾ ਅਤੇ ਇਸ ਦੌਰਾਨ ਇਹ ਵੀ ਜ਼ਿਕਰ ਹੋਇਆ ਕਿ ਜੇਕਰ ਸਿੱਖ ਫੌਜ ਨਾਲ ਉਸ ਸਮੇਂ ਦੇ ਹੀ ਉਸਦੇ ਜਰਨੈਲ ਗਦਾਰੀ ਨਾ ਕਰਦੇ ਤਾਂ ਅੰਗਰੇਜ਼ ਭਾਰਤ ਵਿੱਚ ਇੰਨਾ ਲੰਮਾ ਸਮੇਂ ਤੱਕ ਰਾਜ ਨਾ ਕਰ ਸਕਦਾ ਸੀ ਅਤੇ ਨਾ ਹੀ ਪਾਕਿਸਤਾਨ ਬਣਨਾ ਸੀ। ਇਹ ਗੱਲ ਬ੍ਰਿਟਿਸ਼ ਇਤਿਹਾਸਕਾਰ ਅਮਰਪਾਲ ਸਿੰਘ ਸਿੱਧੂ ਨੇ ਫੈਸਟੀਵਲ ਦੇ ਦੂਜੇ ਦਿਨ ਫੌਜੀ ਸਾਹਿਤ ਮੇਲੇ ਦੌਰਾਨ ਕਹੀ। ਮੇਲੇ ਦੇ ਦੂਜੇ ਦਿਨ ਵਿਚਾਰ ਚਰਚਾ ਦਾ ਵਿਸ਼ਾ ਸੀ ਐਂਗਲੋ ਸਿੱਖ ਵਾਰਸ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ੁਰੂ ਹੋਈਆਂ ਸਨ ਉਹ ਸਨ। ਅਮਰਪਾਲ ਸਿੰਘ ਸਿੱਧੂ ਨੇ ਐਂਗਲੋ ਸਿੱਖ ਜੰਗਾਂ ਦੇ ਵਿਸ਼ੇ ਦੇ ਦੋ ਕਿਤਾਬਾਂ ਲਿਖੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇ ਸਿੱਖਾਂ ਨੇ ਬਰਾਬਰ ਦੇ ਟਾਕਰੇ ਦੀਆਂ ਇਹ ਜੰਗਾਂ ਜਿੱਤ ਲਈਆਂ ਹੁੰਦੀਆਂ ਤਾਂ ਬਰਤਾਨੀਆ 1957 ਵਾਲੀ ਆਜ਼ਾਦੀ ਦੀ ਪਹਿਲੀ ਜੰਗ ਹੀ ਹਾਰ ਗਿਆ ਹੁੰਦਾ। ਉਹਨਾਂ ਕਿਹਾ ਕਿ ਅੰਗਰੇਜ਼ ਸਿਰਫ ਇਸ ਕਰਕੇ ਜਿੱਤ ਗਏ ਕਿਉਂਕਿ ਉਹਨਾਂ ਨੇ ਖਿੰਡੀ ਹੋਈ ਸਿੱਖ ਫੌਜ ਵਿੱਚੋਂ ਭਾਰੀ ਗਿਣਤੀ ਵਿੱਚ ਸਿਪਾਹੀ ਭਰਤੀ ਕਰ ਲਏ ਸਨ ਅਤੇ ਪਿੱਠ ਵਿੱਚ ਛੁਰਾ ਸਿੱਖ ਫੌਜ ਦੀ ਹਾਰ ਲਈ ਜ਼ਿੰਮੇਦਾਰ ਗਦਾਰੀ ਜਿਹੇ ਕੁਝ ਕਾਰਿਆਂ ਦਾ ਜ਼ਿਕਰ ਕਰਦਿਆਂ ਰਾਏ ਨੇ ਕਿਹਾ ਕਿ ਸਿੱਖ ਫੌਜ ਸਬਰਾਓ ਦੀ ਲੜਾਈ ਇਸ ਕਰਕੇ ਹਾਰ ਗਈ ਕਿਉਂਕਿ ਜਨਰਲ ਤੇਜਾ ਸਿੰਘ ਸਤਲੁਜ ਦਰਿਆ ਦੇ ਦੋਵੇਂ ਕੰਢਿਆਂ ਨੂੰ ਜੋੜਨ ਵਾਲਾ ਪੌਂਟੂਨ ਪੁਲ ਖੁਦ ਪਾਰ ਕਰ ਗਿਆ ਅਤੇ ਬਾਅਦ ਵਿੱਚ ਪੁਲ ਨਸ਼ਟ ਕਰਨ ਦੇ ਹੁਕਮ ਦੇ ਦਿੱਤੇ। ਸਿੱਖ ਫਿਰੋਜ਼ਸ਼ਾਹ ਵਾਲੀ ਲੜਾਈ ਵੀ ਗਦਾਰੀ ਕਾਰਨ ਹੀ ਹਾਰ ਗਿਆ। ਮਨਦੀਪ ਸਿੰਘ ਰਾਏ ਨੇ ਕਿਹਾ ਹੈ ਕਿ ਜਨਰਲ ਹੈਨਰੀ ਹਾਰਡਿੰਗ ਨੇ ਆਪਣੀ ਸਹਾਇਕ ਕੋਰ ਨੂੰ ਵੀ ਤਲਵਾਰ ਲਿਆਉਣ ਦੇ ਲਈ ਕਿਹਾ ਸੀ ਤਾਂ ਕਿ ਉਹ ਲੜਾਈ ਮਗਰੋਂ ਆਤਮ ਸਮਰਪਣ ਕਰ ਸਕਣ, ਪਰ ਜਨਰਲ ਲਾਲ ਸਿੰਘ ਦੀਆਂ ਚਾਲਾਂ ਕਾਰਨ ਅਗਲੇ ਹੀ ਦਿਨ ਲੜਾਈ ਨੇ ਵੱਖਰਾ ਮੋੜ ਲੈ ਲਿਆ। ਅਮਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਐਂਗਲੋ ਅਫਗਾਨ ਜੰਗਾਂ ਹੋਣੀਆਂ ਹੀ ਨਹੀਂ ਸਨ ਜੇ ਪੰਜਾਬ ਮਜ਼ਬੂਤ ਬਫਰ ਸਟੇਟ ਹੁੰਦਾ, ਯਾਨੀ ਕਿ ਮੱਧਵਰਤੀ ਰਾਜ ਹੁੰਦਾ ਅਤੇ ਪਾਕਿਸਤਾਨ ਦਾ ਜਨਮ ਹੀ ਨਹੀਂ ਹੋਣਾ ਸੀ ਕਿਉਂਕਿ ਪੰਜਾਬ ਧਰਮ ਨਿਰਪੱਖ ਆਜ਼ਾਦ ਰਾਜ ਹੋਣਾ ਸੀ। ਡੋਲ ਰਿੰਪਲ ਨੇ ਕਿਹਾ ਹੈ ਕਿ ਐਂਗਲੋ ਸਿੱਖ ਜੰਗਾਂ ਬਾਰੇ ਕੋਈ ਵੀ ਅੰਤਿਮ ਰਾਏ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਲਾਹੌਰ ਦਰਬਾਰ ਬਾਰੇ ਧੁੰਦਲਕਾ ਇਸ ਲਈ ਬਣਿਆ ਹੋਇਆ ਹੈ ਕਿਉਂਕਿ ਇਤਿਹਾਸਕ ਦਸਤਾਵੇਜ਼ ਤੱਕ ਪਹੁੰਚਣਾ ਵੀ ਸੌਖਾ ਨਹੀਂ। ਇਹ ਸਾਰੇ ਇਤਿਹਾਸ ਜਾਂ ਪੁਰਾਣੇ ਦਸਤਾਵੇਜ਼ ਸੈਂਟਰਲ ਪੰਜਾਬ ਸਕੱਤਰੇਤ ਦੇ ਅਹਾਤੇ ਵਿੱਚ ਹਨ ਅਤੇ ਇਸ ਦੇ ਗੇੜ ਤੱਕ ਹੀ ਅੱਪੜਨਾ ਮੁਸ਼ਕਲ ਹੈ। ਦਸਤਾਵੇਜ਼ਾਂ ਤੱਕ ਪਹੁੰਚਣਾ ਤਾਂ ਇੱਕ ਪਾਸੇ ਰਿਹਾ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।